ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤ ਲੈ ਕੇ ਹਾਜ਼ਰ ਹੋਏ ਅਸੀਂ ਪੰਜਾਬੀ ਖਬਰਾਂ ਦਾ ਤਾਜ਼ਾ ਬੁਲੇਟਿਨ ਤੇ ਗੱਲਬਾਤ ਕਰਦੇ ਹਾਂ ਜੀ ਪੰਜਾਬ ਦੀਆਂ ਮਹੱਤਵਪੂਰਨ ਖਬਰਾਂ ਦੀ ਉਸ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦਿਓ ਬਾਦ ਦੇ ਹਾਂ ਜੀ ਹੁਣ ਦੀ ਪਹਿਲੀ ਵੱਡੀ ਖਬਰ ਦੇ ਵੱਲ 8ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਛੁੱਟੀਆਂ ਸੰਬੰਧੀ ਜਾਰੀ ਹੋਇਆ ਤਾਜ਼ਾ ਹੁਕਮ 9ਵੀਂ ਤੋਂ 12ਵੀਂ ਤੱਕ ਰਹੇਗੀ ਇਹ ਟਾਈਮਿੰਗ ਪੰਜਾਬ ਚੰਡੀਗੜ੍ਹ ਸਮੇਤ ਪੂਰੇ ਦੇਸ਼ ਭਰ ਦੇ ਵਿੱਚ ਪੈ ਰੀ ਕੜਾਕ ਦੇ ਠੰਡ ਦੇ ਮੱਦੇ ਨਜ਼ਰ ਚੰਡੀਗੜ੍ਹ ਸਕੂਲ ਸਿੱਖਿਆ ਵਿਭਾਗ ਨੇ ਵਿਦਿਆਰਥੀਆਂ ਦੀ ਸਿਹਤ ਦਾ ਖਿਆਲ ਰੱਖਦੇ ਛੁੱਟੀਆਂ ਵਧਾਉਣ ਸੰਬੰਧੀ ਨਵੇਂ ਆਰਡਰ ਜਾਰੀ ਕੀਤੇ ਹਨ ਡਾਇਰੈਕਟਰ ਸਕੂਲ ਐਜੂਕੇਸ਼ਨ ਦੇ ਵੱਲੋਂ ਜਾਰੀ ਤਾਜ਼ਾ ਹੁਕਮਾਂ ਦੇ ਅਨੁਸਾਰ 20 ਜਨਵਰੀ 2024 ਤੱਕ ਚੰਡੀਗੜ੍ਹ ਦੇ ਸਰਕਾਰੀ ਸਰਕਾਰੀ ਸਹਾਇਤਾ ਪ੍ਰਾਪਤ ਅਤੇ ਮਾਨਤਾ ਪ੍ਰਾਪਤ ਨਿੱਜੀ ਸਕੂਲਾਂ ਦੇ ਵਿੱਚ 8ਵੀਂ ਜਮਾਤ ਤੱਕ ਆਨਲਾਈਨ ਕਲਾਸਾਂ ਲੱਗਣਗੀਆਂ ਤਾਂ ਜੋ ਵਿਦਿਆਰਥੀਆਂ ਨੂੰ ਠੰਡ ਵਿੱਚ ਆਉਣ ਜਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਤੋਂ ਇਲਾਵਾ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ ਲਈ ਸਕੂਲਾਂ ਦਾ ਸਮਾਂ 9:30 ਵਜੇ ਤੋਂ ਪਹਿਲਾਂ ਨਾ ਰੱਖਣ ਤੇ ਸ਼ਾਮ 4 ਵਜੇ ਤੋਂ ਪਹਿਲਾਂ ਹੀ ਸਕੂਲ ਬੰਦ ਕਰਨ ਸੰਬੰਧੀ ਲਿਖਿਆ ਗਿਆ ਹੈ। ਸਕੂਲਾ ਪ੍ਰਬੰਧਕਾਂ ਵਿਦਿਆਰਥੀਆਂ ਦੇ ਆਉਣ ਜਾਣ ਦੇ ਸਮੇਂ ਦਾ ਵਿਸ਼ੇਸ਼ ਧਿਆਨ ਰੱਖਣ ਸੰਬੰਧੀ ਕਿਹਾ ਗਿਆ ਹੈ ਪਰਿਵਾਰ ਦੇ ਇਕਲੌਤੇ ਪੁੱਤ ਦੀ ਸ਼ੜਕ ਹਰਸੇਦ ਵਿੱਚ ਮੌਤ ਤਾਂ ਦੋਸਤੋ ਵੱਡੀ ਖਬਰ ਹੈ ਨਵਾਂ ਸ਼ਹਿਰ ਤੋਂ ਮੁਕੰਦਪੋਰਾ ਮਾਰਗ ਤੇ ਸਥਿਤ ਪਿੰਡ ਤਲਵੰਡੀ ਫੱਤੋ ਦੇ ਗੇੜ ਦੇ ਨਾਲ ਇੱਕ ਸੁਵੇਪਟਾ ਕਾਰ ਦੇ ਟਕਰਾਉਣ ਦੇ ਨਾਲ ਕਾਰ ਚਾਲਕ ਨਵੇਂ ਬੰਦੇ ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਅਨੁਸਾਰ ਹਰਮਨ ਸਿੰਘ 32 ਸਾਲਾ ਪੁੱਤਰ ਸੁਵਰਗਵਾਸੀ ਅਮਰੀਕ ਸਿੰਘ ਪਿੰਡ ਤਲਵੰਡੀ ਪੁੱਤ ਜੋ ਕਿ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ ਉਹ ਇੱਕ ਸ਼ਰਾਬ ਦੇ ਠੇਕੇ ਤੇ ਕੰਮ ਕਰਦਾ ਸੀ ਉਹ ਆਪਣੇ ਸਵੈਫਟਾ ਕਾਰ ਦੇ ਵਿੱਚ ਦੇਰ ਰਾਤ 11 ਵਜੇ ਜਦੋਂ ਪਿੰਡ ਦੇ ਗੇਟ ਕੋਲ ਪਹੁੰਚਿਆ ਤਾਂ ਸੜਕ ਵਿਚਲੇ ਟੁਆ ਹੁਣ ਕਰਕੇ ਕਾਰ ਬਿਕਬ ਹੋ ਗਏ ਤੇ ਪਿੰਡ ਦੇ ਗੇਟ ਦੇ ਨਾਲ ਟਕਰਾਉਣ ਕਰਕੇ ਹਰਮਨ ਸਿੰਘ ਦਾ ਸਟੀਰਿੰਗ ਵਿਚਾਲੇ ਫਸ ਗਿਆ ਤੇ ਜਿਸ ਕਾਰਨ ਉਸ ਦੀ ਮੌਤ ਹੋ ਗਈ ਅਗਲੀ ਖਬਰ ਦੇ ਵੱਲ ਵਧਣ ਤੋਂ ਪਹਿਲਾਂ ਜਿਹੜੇ ਸਰੋਤੇ ਵੀਰ ਸਾਡੇ ਨਾਲ ਚੈਨਲ ਤੇ ਨਵੇਂ ਜੁੜੇ ਹੰਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦਿੱਤੇ ਘੰਟਾ ਵਾਲੇ ਬਟਨ ਨੂੰ ਦਬਕੇ ਆਲ ਤੇ ਕਲਿੱਕ ਕਰ ਲੈਣ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨਾਂ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਲੋਕ ਸਭਾ ਚੋਣਾਂ ਦੇ ਲਈ ਸ਼ਕਤੀ ਪ੍ਰਦਰਸ਼ਨ ਕਰਨ ਪੰਜਾਬ ਆਉਣਗੇ ਪੀਐਮ ਮੋਦੀ ਅਮਿਤ ਸ਼ਾਹ ਤੇ ਜੇਪੀ ਨੱਡਾ ਤਾਂ ਦੋਸਤੋ ਲੋਕ ਸਭਾ ਚੋਣਾਂ ਲੈ ਕੇ ਭਾਈਪਾਣੇ ਆਪਣੇ ਪ੍ਰੋਗਰਾਮ ਉਲੀਕ ਲੈ ਹੰਤੇ ਐਸ ਚੋਣਾਂ ਦੇ ਚੱਲਦਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਰੱਖਿਆ ਮੰਤਰੀ ਰਾਜਨਾਥ ਸੰਗਤ ਤੇ ਭਾਈਪਾ ਦੇ ਕੌਮੀ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਸਮੇਤ ਸੀਨੀਰ ਕੌਮੀ ਨੇਤਾ ਰੈਲਗਾਂ ਨੂੰ ਸੰਬੋਧਨ ਕਰਨ ਪੰਜਾਬ ਆਉਣਗੇ 20 ਮਾਰਚ ਤੋਂ ਬਾਅਦ ਇਹਨਾਂ ਨੇਤਾਮੰਦੀਆਂ ਇਹ ਰੈਲਗਾਂ ਹੋਣੀਆਂ ਹਨ ਤੇ ਲੋਕ ਸਭਾ ਚੋਣਾਂ ਲਈ ਸਖਤੀ ਪ੍ਰਦਰਸ਼ਨ ਕੀਤਾ ਜਾਵੇਗਾ ਭਾਈਪਾ ਨੇ ਪੰਜਾਬ ਦੇ 13 ਲੋਕ ਸਭਾ ਹਲਕਿਆਂ ਨੂੰ ਪੰਜ ਕਲਸਟਰਾਂ ਦੇ ਵਿੱਚ ਵੰਡਿਆ ਜਿਨ੍ਹਾਂ ਦੇ ਵਿੱਚ ਚਮਰ ਸਰਕ ਜਲੰਧਰ ਤੇ ਗੁਰਦਾਸਪੁਰ ਲੋਕ ਸਭਾ ਹਲਕਿਆਂ ਦਾ ਇੱਕ ਕਲਸਟਰ ਸ਼੍ਰੀ ਆਨੰਦਪੁਰ ਸਾਹਿਬ ਹੁਸ਼ਿਆਰਪੁਰ ਤੇ ਬਟਿੰਡਾ ਦਾ ਅਲੱਗ ਲੁਧਿਆਣਾ ਸੰਗਰੂਰ ਤੇ ਪਟਿਆਲਾ ਹਲਕਿਆਂ ਦਾ ਕਲਸਟਰ ਫਰੀਦਕੋਟ ਤੇ ਫਤਿਹਗੜ੍ਹ ਸਾਹਿਬ ਦਾ ਕਲਸਟਰ ਤੇ ਖੰਡੂਰ ਸਾਹਿਬ ਤੇ ਫਰੋਇਪੁਰਾ ਲੋਕ ਸਭਾ ਹਲਕਿਆਂ ਦੇ ਕਲਸਟਰ ਸ਼ਮਲਨ ਪਾਰਟੀ ਸੂਤਰਾਂ ਦੇ ਮੁਤਾਬਕ ਅਕਤ ਤੱਕ ਕੇਂਦਰੀ ਨੇਤਾਵਾਂ ਦੀ ਕਲਾਸਟਰ ਦੇ ਵਿੱਚ ਇੱਕ ਰੇਲੀ ਹੋਵੇਗੀ ਅਕਾਲੀ ਦਲ ਨੇ ਮੇਲਾ ਮੰਗੀ ਤੇ ਕੀਤੀ ਕਾਨਫਰੰਸ ਸੁਖਬੀਰਾ ਬਾਦਲ ਨੇ ਕਿਹਾ ਗੈਂਗਸਟਰ ਸੂਬੇ ਦੇ ਵਿੱਚ ਰਾਜ ਕਰ ਰਹੇ ਤੇ ਤਾਂ ਦੋਸਤੋ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਮੇਲਾ ਮੰਗੀ ਤੇ ਸ਼੍ਰੋਮਖਸਰ ਸਾਹਿਬ ਦੇ ਮਲੋਟ ਰੋਡ ਤੇ ਭਾਰੀ ਕਾਨਫਰੰਸ ਕੀਤੀ ਜਾ ਰਹੀ ਹੈ ਤੇ ਇਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰਾ ਸਿੰਘਾ ਬਾਦਲ ਦਾ ਕਹਿਣਾ ਹੈ ਕਿ ਵਿਰੋਧੀ ਸਿਰਫ ਆ ਕਾਲੀ ਦਾਲ ਤੇ ਬਾਦਲ ਪਰਿਵਾਰ ਦੇ ਖਿਲਾਫ ਵੀ ਬੋਲ ਰਿਹਾ ਤੇ ਕਾਲੀ ਦਾਲ ਨੂੰ ਖਤਮ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ केजरीवाल ਤੇ ਭਗਵੰਤ ਮਾਨ ਵੀ ਸਿਰਫ ਆ ਕਾਲੀ ਦਾਲ ਤੇ ਬਾਦਲ ਪਰਿਵਾਰ ਨੂੰ ਨਿਸ਼ਾਨਾ ਬਣਾ ਰਹੇ ਹਨ ਤੇ ਉਹਨਾਂ ਦਾ ਕਹਿਣਾ ਹੈ ਕਿ ਸੂਬੇ ਦੇ ਵਿੱਚ ਜੋ ਵਿਕਾਸ ਹੋਇਆ ਉਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਰਵਾਇਆ ਸੜਕਾਂ ਬਣਵਾਈਆਂ 에어ਪੋਰਟਾਂ ਬਣਵਾਏ ਗਰੀਬਾ ਪਰਿਵਾਰਾਂ ਨੂੰ ਲੋਕਾਂ ਪੜਾਈ ਦੀਆਂ ਸਕੀਮਾਂ ਦਿੱਤੀਆਂ ਉਹਨਾਂ ਦਾ ਕਹਿਣਾ ਹੈ ਕਿ ਆਕਾਲੀ ਦਲ ਨੂੰ BRB ਦੇ ਨਾਮ ਤੇ ਬਦਨਾਮ ਕੀਤਾ ਗਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਵਿਰੋਧੀ ਤਾਕਤਾਂ ਵੱਲੋਂ ਗੁਰੂ ਘਰਾਂ ਦੀਆਂ ਕਮੇਟੀਆਂ ਤੇ ਕਬਜ਼ਾ ਕੀਤਾ ਜਾ ਰਿਹਾ। ਉਹਨਾਂ ਦਾ ਕਹਿਣਾ ਹੈ ਕਿ ਦਾदूਵਾਲ ਵਰਗੇ ਲੋਕ ਆ ਹੁਣ ਭਗਵੰਤ ਮਾਨ ਦੇ ਖਿਲਾਫ ਕਿਉਂ ਨਹੀਂ ਬੋਲਦੇ। ਉਹਨਾਂ ਦਾ ਕਹਿਣਾ ਹੈ ਕਿ ਹੁਣ ਸਿਰਫ ਆਕਾਲੀ ਦਲ ਹੀ ਲੜਾਈ ਲੜ ਰਿਹਾ ਤੇ ਉਹਨਾਂ ਨੇ ਕਹਿ ਕੇ ਸੂਬੇ ਦੇ ਵਿੱਚ ਕਾਂਗਰਸ ਦੇ ਰਾਜ ਵੇਲੇ ਤਰਾਕੀ ਦਾ ਕੋਈ ਕੰਮ ਨਹੀਂ ਹੋਇਆ ਤੇ ਉਹਨਾਂ ਦਾ ਕਹਿਣਾ ਹੈ ਕਿ 2 ਸਾਲ ਹੋ ਗਏ ਨੇ ਪੰਜਾਬ ਦੇ ਵਿੱਚ ਕਿੰਨੇ ਸੰਕਟ ਆਏ ਪਰ ਕੇਜਰੀਵਾਲ ਕਿਤੇ ਨਹੀਂ ਲੱਭਿਆ ਉਹਨਾਂ ਦਾ ਕਹਿਣਾ ਕਿ ਭਗਵੰਤ ਮਾਨ ਸਿਰਫ ਝੂਠਾ ਬੋਲ ਕੇ ਰਾਜਨੀਤੀ ਕਰ ਰਿਹਾ ਤੇ ਉਹਨਾਂ ਦਾ ਕਹਿਣਾ ਕਿ ਭਗਵੰਤ ਮਾਨ ਸਿਰਫ ਇਸ ਤਿਹਾਰ ਲਾ ਕੇ ਵਿਕਾਸ ਕੰਮ ਦੇ ਵਾਅਦੇ ਕਰ ਰਿਹਾ ਤੇ ਉਹਨਾਂ ਦਾ ਕਹਿਣਾ ਕਿ ਗੈਂਗਸਟਰ ਸੂਬੇ ਦੇ ਵਿੱਚ ਰਾਜ ਕਰ ਰਹੇ ਹਨ ਤੇ ਅਮਨ ਕਾਨੂੰਨ ਆ ਪੂਰੇ ਤਰ੍ਹਾਂ ਵਿਗੜ ਚੁੱਕਾ ਹੈ ਵਪਾਰੀ ਪੰਜਾਬ ਛੱਡ ਕੇ ਜਾ ਰਹੇ ਹਨ ਤੇ ਉਹਨਾਂ ਨੇ ਕਿਹਾ ਕਿ ਸੂਬੇ ਦਾ ਮੁੱਖ ਮੰਤਰੀ ਭਗਵੰਤ ਮਾਨ ਨਹੀਂ ਕੇਜਰੀਵਾਲ ਹੈ ਪੰਜਾਬ ਵਿੱਚ ਸਾਰੀਆਂ ਸੀਟਾਂ ਜਿੱਤਾਂਗੇ ਭਗਵੰਤ ਮਾਨ ਤਾਂ ਦੋਸਤੋ ਆਪ ਸੁਪਰੀਮ ਅਤੇ ਮੱਖ ਮੰਤਰੀ ਅਰਵਿੰਦ ਕੇਜਰੀਵਾਲ ਜਰੂਰ ਦਿੱਲੀ ਵਿੱਚ ਕਾਂਗਰਸ ਪ੍ਰਧਾਨ ਮਲਕਾਰ ਜੁਨ ਖੜਗੇ ਦੇ ਨਾਲ ਸੀਟਾਂ ਦੇ ਵੰਡ ਬਾਰੇ ਚਰਚਾ ਕਰੇ ਸੰਤਾ ਪੰਜਾਬ ਦੇ ਮੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਵੱਡਾ ਐਲਾਨ ਕੀਤਾ ਕਿ ਸੂਬੇ ਦੇ ਵਿੱਚ ਆ ਪਾਰਟੀ ਸਾਰੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਅਗਲੀ ਖਬਰ ਹੈ ਪੰਜਾਬ ਦੇ ਵਿੱਚ ਚ ਨਹੀਂ ਹੋਵੇਗਾ ਆਪ ਤੇ ਕਾਂਗਰਸ ਦਾ ਗੱਟ ਜੋੜਾ ਸੀਮਾ ਭਗਵੰਤ ਮਾਨ ਨੇ ਕਰ ਦਿੱਤਾ ਇਹ ਵੱਡਾ ਐਲਾਨ ਪੰਜਾਬ ਦੇ ਵਿੱਚ ਇੰਡੀਆ ਗੱਟ ਜੋੜਾ ਤਹਿਤ ਕਾਂਗਰਸ ਤੇ ਆਮ ਆਦਮੀ ਪਾਰਟੀ ਹੱਥ ਨਹੀਂ ਮਲਾਵੇਗੀ ਦੋਵੇਂ ਪਾਰਟੀਆਂ ਦੀ ਸੂਬਾਈ ਲੀਡਰਸ਼ਿਪ ਇਸ ਦੇ ਹੱਕ ਦੇ ਵਿੱਚ ਨਜ਼ਰ ਨਹੀਂ ਆ ਰਹੀ ਐਸਾ ਦਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕਰ ਦਿੱਤਾ ਕਿ ਸੂਬੇ ਦੇ ਵਿੱਚ ਪਾਰਟੀ ਸਾਰੀਆਂ 13 ਸੀਟਾਂ ਤੇ ਜਿੱਤ ਹਾਸਲ ਕਰੇਗੀ ਤੇ ਇਸ ਤੋਂ ਸਪਸ਼ਟ ਹੈ ਕਿ ਹੁਣ ਗਠਜੋੜ ਦੇ ਅਨਸਾਰ ਮਦਮ ਹਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਸਕੂਲਾਂ ਕਾਲਜਾਂ ਦੇ ਵਿੱਚ ਅੱਧੇ ਦਿਨ ਦੀ ਛੁੱਟੀ ਦਾ ਹੋਇਆ ਐਲਾਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 15 ਜਨਵਰੀ 2024 ਨੂੰ ਜਲੰਧਰ ਸ਼ਹਿਰ ਦੇ ਵਿੱਚ ਵਿਸ਼ਾਲ ਨਗਰ ਕੀਰਤਨ ਸਜਾਇਆ ਜਾ ਰਿਹਾ ਡੀਸੀ ਜਲੰਧਰ ਵਿਸ਼ੇਸ਼ ਸਰੰਗਾਲ ਦੇ ਵੱਲੋਂ ਜਾਰੀ ਤਾਜ਼ਾ ਹੁਕਮਾਂ ਦੇ ਅਨੁਸਾਰ ਨਗਰ ਕੀਰਤਨ ਕਰਕੇ ਸ਼ਹਿਰ ਦੇ ਕਈ ਟ੍ਰੈਫਿਕਾ ਰੂਟ ਡਾਇਵਰਟਾ ਕੀਤਾ ਗਿਆ ਹੰਤੇ ਹੱਦ ਲਈ ਅਸਧਣ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਤੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਦੀ ਸਹੂਲਤ ਤੇ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ ਜਲੰਧਰ ਨਗਰ ਨਗਮ ਦੀ ਹੱਦ ਦੇ ਅੰਦਰ ਆਉਂਦੇ ਸਾਰੇ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਕਾਲਜਾਂ ਦੇ ਵਿੱਚ ਮਿਤੇ 15 ਜਨਵਰੀ ਨੂੰ ਬਾਦ ਦੁਪਹਿਰ ਅੱਧੇ ਦਿਨ ਦੀ ਛੁੱਟੀ ਐਲਾਨੀ ਗਈ ਹੈ। ਤਰਨਤਾਰਨ ਵਿੱਚ ਆ ਵੱਡੀ ਵਾਰਦਾਤ ਸਲੂਨ ਦੇ ਵਿੱਚ ਆ ਕਟਿੰਗ ਕਰਵਾ ਰ ਸਰਪੰਚ ਦਾ ਗੋਲੀਆਂ ਮਾਰ ਕੇ ਕੀਤਾ ਕਤਲ। ਜੀ ਹਾਂ ਦੋਸਤੋ ਤਰਨਤਾਰਨ ਵਿੱਚ ਐਤਵਾਰ ਸਵੇਰੇ ਇੱਕ ਵੱਡੀ ਵਾਰਦਾਤ ਹੁਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਕਸਬਾ ਅੱਡਾ ਝੰਬਾਲ ਦੇ ਮੌਜੂਦਾ ਸਰਪੰਚ ਅਵਨ ਕੁਮਾਰ ਸੋਨੂ ਚੀਮਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮਿਲੀ ਜਾਣਕਾਰੀ ਦੇ ਅਨੁਸਾਰ ਸਰਪੰਚ ਅਵਨ ਕੁਮਾਰ ਸਲੂਨ ਤੇ ਕਟਿੰਗਾ ਕਰਵਾਰਿਸਨ ਤੇ ਇਸ ਦੇ ਦੌਰਾਨ ਅਣਪਛਾਤੇ ਮੋਟਰਸਾਈਕਲ ਸਵਾਰਾਂ ਦੇ ਵੱਲੋਂ ਉਹਨਾਂ ਤੇ ਗੋਲੀਆਂ ਚਲਾਈਆਂ ਗਈਆਂ ਤੇ ਘਟਨਾ ਨੂੰ ਅੰਜਾਮ ਦੇਣ ਮਗਰੋਂ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਤੇ ਸਹੰਮਲੇ ਦੇ ਵਿੱਚ ਸਰਪੰਚ ਅਵਨ ਕੁਮਾਰ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਤੋਂ ਬਾਅਦ ਉਸ ਨੂੰ ਤੁਰੰਤ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਤੇ ਜਿੱਥੇ ਅਸਨੇ ਧਾਮ ਤੋੜ ਦਿੱਤਾ ਤੇ ਅਸਾ ਘਟਨਾ ਦੀ ਸੂਚਨਾ ਮਿਲਦੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀਆ ਪੁਲਿਸ ਦੇ ਵੱਲੋਂ ਘਟਨਾ ਵਾਲੀ ਥਾਂ ਦੇ ਆਸ-ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਪੈਟਰੋਲਾ ਡੀਜ਼ਲਾ 25 ਰੁਪਏ ਸਸਤਾ ਕਰਨ ਵਾਲੀ ਖਬਰ ਆ ਗਈ ਹੈ ਜਿਆਂ ਦੋਸਤ ਕਮਾਂਤਰੀ ਪਦਰ ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧੇ ਦੇ ਬਾਅਦ ਉਹ ਦਾ ਅੱਜ ਕਰੇਲੂ ਪਦਾਰਥੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰੀਆਂ ਜਿਸ ਕਾਰਨ ਦਿੱਲੀ ਵਿੱਚ ਪੈਟਰੋਲ ਦੀ ਕੀਮਤ 96 ਰੁਪਏ 72 ਪੈਸੇ ਪ੍ਰਤੀ ਲੀਟਰ ਅਤੇ ਡੀਜ਼ਲ ਦੀ ਕੀਮਤ 99 ਰੁਪਏ 62 ਪੈਸੇ ਪ੍ਰਤੀ ਲੀਟਰ ਆਈ ਹੈ ਪਰਮੋਖਾ ਤੇਲ ਮਾਰਕੀਟਿੰਗ ਕੰਪਨੀਆ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਦੀ ਵੈੱਬਸਾਈਟ ਤੇ ਜਾਰੀ ਕੀਤੇ ਗਏ ਰੇਟਾਂ ਦੇ ਮੁਤਾਬਕ ਅੱਜ ਦੇਸ਼ ਭਰ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਜਿਕਰਯੋਗ ਹੈ ਕਿ ਕ੍ਰਿਸ਼ਨਾ ਗੋਦਾਵਰੀ ਬੇਸਨ ਵਿੱਚ 26 ਤੇਲ ਦੇ ਖੂਹ ਮਿਲੇ ਹਨ। ਪੈਟਰੋਲੀਅਮ ਮੰਤਰੀ ਹਰਦੀਪ ਸਿੰਘਾਪੁਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਐਸਾ ਬਲਾਕ ਤੋਂ ਉਤਪਾਦਨ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਹਾਲਾਂਕਿ ਨਾ ਤਾਂ ਉਹਨਾਂ ਨੇ ਅਤੇ ਨਾ ਹੀ ਕੰਪਨੀ ਨੇ ਦੱਸਿਆ ਹੈ ਕਿ ਹੁਣ ਤੱਕ ਕਿੰਨਾ ਤੇਲ ਪੈਦਾ ਹੋਇਆ ਤੇ ਮੌਜੂਦਾ ਉਤਪਾਦਨ ਬਾਰੇ। ਕੋਈ ਸੰਕੇਤ ਦੱਤੇ ਬਿਨਾ ਉਹਨਾਂ ਦਾ ਕਹਿਣਾ ਕਿ ਕੱਚੇ ਤੇਲ ਦਾ ਉਤਪਾਦਨ 45000 ਬੈਰਲ ਪ੍ਰਤੀ ਦਿਨ ਤੇ ਗੈਸ ਉਤਪਾਦਨ 10 ਮਿਲੀਅਨ ਕਣਮੀਟਰ ਪ੍ਰਤੀ ਦਿਨ ਹੋਣ ਦੀ ਮੀੜਾ ਤੇ ਇਹ ਜਾਣਕਾਰੀ ਭਾਰਤ ਦੇ ਲੋਕਾਂ ਦੇ ਲਈ ਵੱਡੀ ਰਾਹਤ ਵਾਲੀਆ ਮਾਹਿਰਾਂ ਦਾ ਮੰਨਣਾ ਕਿ ਜੇਕਰ ਸਭ ਕੁਝ ਠੀਕ ਰਿਹਾ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦੇ ਵਿੱਚ ਭਾਰੀ ਕਟੌਤੀ ਹੋ ਸਕਦੀ ਹੈ ਕੀਮਤਾਂ ਦੇ ਵਿੱਚ 20 ਤੋਂ ਲੈ ਕੇ 25 ਰੁਪਏ ਦੀ ਕਮੀ ਆ ਸਕਦੀ ਹੈ ਪ੍ਰਧਾਨ ਮੰਤਰੀ ਸੋਮਵਾਰ ਨੂੰ ਗ੍ਰਾਮੀਣ ਆਵਾਸ ਯੋਜਨਾ ਦੇ ਲਾਭਪਾਤਰਾਂ ਨੂੰ ਜਾਰੀ ਕਰਨਗੇ ਪਹਿਲੀ ਕੈਸ਼ਟਾ ਜੀਹਾਂ ਦੋਸਤੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਵੀਡੀਓ ਕਾਨਫਰੈਂਸਿੰਗ ਆ ਰਹੀ ਪ੍ਰਧਾਨ ਮੰਤਰੀ ਆਦੀਵਾਸੀ ਨ્યા ਮਹਾ ਅਭਿਆਨ ਦੇ ਤਹਿਤ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ 1 ਲੱਖ ਲਾਭਪਾਤਰਾਂ ਨੂੰ ਪਹਿਲੀ ਕੈਸ਼ਟਾ ਜਾਰੀ ਕਰਨਗੇ ਪ੍ਰਧਾਨ ਮੰਤਰੀ ਇਸ ਮੌਕੇ ਤੇ ਪੀਐਮ ਜਨਮਨ ਦੇ ਲਾਪਾਤਰੀਆਂ ਦੇ ਨਾਲ ਵੀ ਗੱਲਬਾਤ ਕਰਨਗੇ ਪ੍ਰਧਾਨ ਮੰਤਰੀ ਦਫ਼ਤਰ ਦੇ ਅਨੁਸਾਰ। ਆਤੁੱਦਿਆ ਦੇ ਆਂਤਮਾ ਆਦਮੀ ਦੇ ਸਸ਼ਕਤੀਕਰਨ ਦੇ ਦ੍ਰਿਸ਼ਟੀਕੋਣ ਦੇ ਬਾਲਾ ਪ੍ਰਧਾਨ ਮੰਤਰੀ ਦੇ ਯਤਨਾਂ ਦੇ ਅਨੁਸਾਰ ਪਿਛਲੇ ਸਾਲ 15 ਨਵੰਬਰ ਨੂੰ ਕਬਾਈਲੀ ਮਾਨਦੇਵ ਸਾਹ ਤੇ ਖਾਸ ਤੌਰ ਤੇ ਕਮਜ਼ੋਰ ਕਬਾਈਲੀ ਸਮੂਹਾਂ ਦੇ ਸਮਾਜਿਕ ਆਰਥਿਕ ਕਲਿਆਣ ਲਈ ਪ੍ਰਧਾਨ ਮੰਤਰੀ ਜਨਮਨ ਸ਼ੁਰੂ ਕੀਤੀ ਗਏ ਇਸ ਲਗਭਗ 24000 ਕਰੋੜ ਰੁਪਏ ਦੇ ਬਜਟ ਦੇ ਨਾਲ ਪ੍ਰਧਾਨ ਮੰਤਰੀ ਜਨਮਨ ਨਾਉਮੰਤਰਾਲਿਆ ਦੇ ਰਾਹੀਂ 11 ਮੌਕਾ ਪਹਿਲ ਕਦਮੀਆਂ ਤੇ ਧਿਆਨ ਕੇਂਦਰਤ ਹੈ ਦਾ ਮੁੱਖ ਆਦੇਸ਼ ਪੀਵੀਟੀਜੀ ਘਰਾਂ ਅਤੇ ਵਸਤੀਆਂ ਨੂੰ ਸਵੱਛਤਾ ਸਿੱਖਿਆ ਸਿਹਤ ਅਤੇ ਪੋਸ਼ਣ ਸੁਰੱਖਿਆ ਤੇ ਰਹਿائش ਅਤੇ ਸਾਫ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕਰਕੇ ਉਹਨਾਂ ਦੇ ਸਮਾਜਿਕ ਆਰਥਿਕ ਸਥਿਤੀ ਨੂੰ ਸੁਧਾਰਨਾ ਤੇ ਨਾਲ ਹੀ ਬਿਜਲੀ ਸੜਕਾਂ ਤੇ ਦੂਰ ਸੰਚਾਰਕ ਕਨੈਕਟੀਵਿਟੀ ਅਤੇ ਟਿਕਾਊ ਰੋਜੀ ਰੋਟੀ ਦੇ ਮੌਕਿਆਂ ਤੱਕ ਬਿਹਤਰ ਪਹੁੰਚ ਨੂੰ ਯਕੀਨੀ ਬਣਾਉਣਾ ਹੈ।